ਗੁਰਨਾਣਾ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਟਰਾਂਸਪੋਰਟਰਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਟਰਾਂਸਪੋਰਟਰਾਂ ਲਈ ਭਗਵੰਤ ਮਾਨ ਅੱਜ ਵੱਡਾ ਫੈਸਲਾ ਕਰਨ ਜਾ ਰਹੇ ਨੇ ਤਾਂ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਹੈ ਫੈਸਲਾ ਵੀ ਤੁਹਾਨੂੰ ਦੱਸਦੇ ਹਾਂ ਕਿ 3 ਮਹੀਨਿਆਂ ਤੱਕ ਜਿਹੜੇ ਟਰਾਂਸਪੋਰਟਰ ਨੇ ਬਿਨਾਂ ਕਿਸੇ ਜੁਰਮਾਨੇ ਤੋਂ ਆਪਣਾ ਟੈਕਸ ਅਦਾ ਕਰ ਸਕਣਗੇ ਦੱਸਦੀ ਕਿ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਤੋਂ ਟੈਕਸ ਨਹੀਂ ਪਰ ਹੋਇਆ ਹੈਗਾ ਤਾਂ ਉਹਨਾਂ ਨੂੰ 3 ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਗਿਆ ਹੈ ਕਿ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਆਪਣਾ ਟੈਕਸ ਅਦਾ ਕਰ ਦਿਓ ਪਰ ਉਸ ਤੇ ਕੋਈ ਜੁਰਮਾਨਾ ਨਹੀਂ ਲੱਗੇਗਾ ਤਾਂ ਬਗੈਰ ਟੈਕਸ ਤੋਂ ਤੁਸੀਂ ਆਪਣਾ ਬਗੈਰ ਜੁਰਮਾਨੇ ਤੋਂ ਤੁਸੀਂ ਆਪਣਾ ਟੈਕਸ ਭਰ ਸਕਦੇ ਹੋ ਇਹ ਕਹਿਣਾ ਹੈ ਭਗਵੰਤ ਮਾਨ ਦਾ ਸੀਐਮ ਪੰਜਾਬ ਦਾ ਤੁਹਾਨੂੰ ਹੂ ਬੂ ਦੱਸਦੇ ਆ ਕਿ ਆਖਿਰ ਲਿਖਿਆ ਕੀ ਗਿਆ ਹੈ ਕਿ ਆਪਣੇ ਟਰਾਂਸਪੋਰਟਰ ਸਾਥੀਆਂ ਨਾਲ ਕੀਤਾ ਵਾਦਾ ਅੱਜ ਅਸੀਂ ਪੂਰਾ ਕਰ ਰਹੇ ਹਾਂ ਇਹ ਕਹਿ ਰਹੇ ਨੇ ਭਗਵੰਤ ਮਾਨ ਕਰੋਨਾ ਕਾਰਨ ਜਿਹੜੇ ਟਰਾਂਸਪੋਰਟਰ ਮੋਟਰ ਟੈਕਸ ਨਹੀਂ ਭਰ ਸਕੇ ਉਹ ਹੁਣ ਅਗਲੇ 3 ਮਹੀਨੇ ਤੱਕ ਬਿਨਾਂ ਜੁਰਮਾਨੇ ਜਾਂ ਏਰੀਅਰ ਬਕਾਇਆ ਟੈਕਸ ਭਰ ਸਕਣਗੇ ਟਰਾਂਸਪੋਰਟਰ ਸਾਡੀ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਹਨ ਅਸੀਂ ਹਰ ਲੋਡ ਵਿੱਚ ਉਹਨਾਂ ਦੇ ਨਾਲ ਖੜੇ ਹਾਂ ਤਾਂ ਪਹਿਲਾਂ ਇਹ ਚਰਚਾ ਸੀਗੀ ਕਿ ਸ਼ਾਇਦ ਜਿਹੜਾ ਟਰਾਂਸਪੋਰਟਰਾਂ ਦਾ ਮੋਟਰ ਟੈਕਸ ਹੈਗਾ ਇਹ ਉਸ ਤੇ ਬਕਾਇਆ ਜਿਹੜਾ ਪਿਆ ਏ ਪੈਂਡਿੰਗ ਉਹ ਮਾਫ ਕਰ ਦਿੱਤਾ ਜਾਵੇਗਾ ਪਰ ਅਜੇ ਹਾਂ ਨਹੀਂ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਜਿਹੜਾ 3 ਮਹੀਨੇ ਦਾ ਸਮਾਂ ਏ ਉਹ ਹੋਰ ਦੇ ਦਿੱਤਾ ਏ ਕਿ ਤੁਸੀਂ 3 ਮਹੀਨਿਆਂ ਤੱਕ ਬਿਨਾਂ ਕਿਸੇ ਜੁਰਮਾਨੇ ਜਾਂ ਏਰੀਅਰ ਦੇ ਬਕਾਇਏ ਤੋਂ ਟੈਕਸ ਭਰ ਸਕਦੇ ਹੋ ਪਰ ਟੈਕਸ ਤੁਹਾਨੂੰ ਜ਼ਰੂਰ ਭਰਨਾ ਪਵੇਗਾ ਤਾਂ ਦੱਸ ਦਈਏ ਕਿ ਟਰਾਂਸਪੋਰਟਰਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਚਾਹੇ ਉਹ ਨਿੱਜੀ ਬੱਸਾਂ ਵਾਲੇ ਹੋਣ ਤੇ ਚਾਹੇ ਨਿੱਜੀ ਟਰਾਂਸਪੋਰਟਰ ਹੋਣ ਤੇ ਚਾਹੇ ਸਕੂਲ ਬੱਸਿਸ ਹੋਣ ਚਾਹੇ ਆਟੋ ਵਾਲੇ ਹੋਣ ਚਾਹੇ ਕੈਬਸ ਵਾਲੇ ਹੋਣ ਤੇ ਚਾਹੇ ਟੈਕਸੀ ਚਾਲਕ ਹੋਣ ਉਹਨਾਂ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਭਗਵੰਤ ਮਾਨ ਦੇ ਵੱਲੋਂ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਟਰਾਂਸਪੋਰਟਰ ਜਿਹੜੇ ਨੇ ਉਹ ਸਾਡੀ ਰੀੜ ਦੀ ਹੱਡੀ ਨੇ ਪਰ ਟੈਕਸ ਨਹੀਂ ਛੱਡਿਆ ਗਿਆ ਟੈਕਸ ਜ਼ਰੂਰ ਭਰਨਾ ਪਵੇਗਾ 3 ਮਹੀਨਿਆਂ ਦਾ ਸਮਾਂ ਹੋਰ ਦੇ ਦਿੱਤਾ ਗਿਆ 3 ਮਹੀਨਿਆਂ ਦੇ ਅੰਦਰ ਅੰਦਰ ਤੁਸੀਂ ਆਪਣਾ ਟੈਕਸ ਅਦਾ ਕਰ ਸਕਦੇ ਹੋ ਬਗੈਰ ਕਿਸੇ ਜੁਰਮਾਨੇ ਦੇ ਤਾਂ ਜਿਹੜਾ ਜੁਰਮਾਨਾ ਹੈ ਕਿਉਂਕਿ ਸਮਾਂ ਲੰਘ ਚੁੱਕਿਆ ਕਰੋਨਾ ਕਾਲ ਦੇ ਦੌਰਾਨ ਹੋਇਆ ਕੀ ਕਿ ਜਿਹੜੀ ਨਿੱਜੀ ਟਰਾਂਸਪੋਰਟਰ ਸੀਗੇ ਜਿਨ੍ਹਾਂ ਦੀਆਂ ਬੱਸਾਂ ਸੀਗੀਆਂ ਜਾਂ ਟੈਕਸੀਆਂ ਸੀਗੀਆਂ ਕੈਬਸ ਸੀਗੀਆਂ ਆਟੋਸ ਸੀਗੇ ਉਹ ਕਰੋਨਾ ਕਾਲ ਦੇ ਦੌਰਾਨ ਚੱਲਣੇ ਬੰਦ ਹੋ ਗਏ ਪਰ ਟੈਕਸ ਉਹਨਾਂ ਨੂੰ ਭਰਨਾ ਪਿਆ ਤੇ ਉਸ ਸਮੇਂ ਦੌਰਾਨ ਟੈਕਸ ਨਹੀਂ ਅਦਾ ਕਰ ਹੋਇਆ ਜਿਸ ਕਰਕੇ ਹੁਣ ਉਹ ਆਰਥਿਕ ਹਾਲਤ ਉਹਨਾਂ ਦੀ ਕਮਜ਼ੋਰ ਆ ਪਰ ਦੂਜੇ ਪਾਸੇ ਸਰਕਾਰ ਤੋਂ ਮੰਗ ਕਰ ਰਹੇ ਸੀਗੇ ਕਿ ਸਾਡਾ ਟੈਕਸ ਮਾਫ ਕਰ ਦਿੱਤਾ ਜਾਵੇ ਸਾਨੂੰ ਛੋਟ ਦੇ ਦਿੱਤੀ ਜਾਵੇ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 3 ਮਹੀਨਿਆਂ ਦਾ ਸਮਾਂ ਹੋਰ ਦੇ ਦਿੱਤਾ ਗਿਆ ਹੈ ਕਿ ਤੁਸੀਂ ਬਿਨਾਂ ਕਿਸੇ ਜੁਰਮਾਨੇ ਤੋਂ ਬਿਨਾਂ ਕਿਸੇ ਜਿਹੜਾ ਤੁਹਾਡਾ ਬਕਾਇਆ ਪਿਆ ਹੈ ਉਸ ਤੋਂ ਤੁਸੀਂ ਆਪਣਾ ਟੈਕਸ ਅਦਾ ਕਰ ਸਕਦੇ ਹੋ ਤਾਂ ਦੱਸਦੀ ਕਿ ਮੋਟਰ ਟੈਕਸ ਜਿਹੜਾ ਏ ਉਹ ਭਰਨਾ ਪੈਣਾ ਪਰ 3 ਮਹੀਨਿਆਂ ਦਾ ਸਮਾਂ ਦੇ ਦਿੱਤਾ ਗਿਆ ਹੈ ਬਿਨਾਂ ਜੁਰਮਾਨੇ ਜਾਂ ਏਰੀਅਰ ਬਕਾਇਦੇ ਟੈਕਸ ਭਰ ਸਕਣਗੇ ਕਿਉਂਕਿ ਨਿੱਜੀ ਟਰਾਂਸਪੋਰਟਰਾਂ ਨੇ ਮੰਗ ਵੀ ਕੀਤੀ ਸੀਗੀ ਕਿਉਂਕਿ ਸਰਕਾਰ ਨੇ ਕਹਿ ਦਿੱਤਾ ਸੀਗਾ ਟ੍ਰਾਂਸਪੋਰਟ ਮੰਤਰੀ ਨੇ ਕਹਿ ਦਿੱਤਾ ਸੀਗਾ ਕਿ ਜਿਨ੍ਹਾਂ ਨੇ ਟੈਕਸ ਨਹੀਂ ਭਰਿਆ ਉਹਨਾਂ ਨੂੰ ਅਸੀਂ ਚੱਲਣ ਨਹੀਂ ਦਵਾਵਾਂਗੇ ਟਾਈਮ ਟੇਬਲ ਦੇ ਵਿੱਚ ਉਹਨਾਂ ਦੇ ਬੱਸਾਂ ਨਹੀਂ ਪਾਵਾਂਗੇ ਪਰ ਹੁਣ 3 ਮਹੀਨਿਆਂ ਦਾ ਸਮਾਂ ਹੋਰ ਦੇ ਦਿੱਤਾ ਗਿਆ ਹੈ ਕਿ ਅਗਲੇ 3 ਮਹੀਨੇ ਤੱਕ ਬਿਨਾਂ ਕਿਸੇ ਜੁਰਮਾਨੇ ਜਾਂ ਏਰੀਅਰ ਬਕਾਇਦੇ ਤੁਸੀਂ ਟੈਕਸ ਭਰ ਸਕਦੇ ਹੋ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਵੱਡਾ ਫੈਸਲਾ ਲਿਆ ਗਿਆ ਏ ਉਹਨਾਂ ਨੇ ਕਿਹਾ ਹੈ ਕਿ ਅਸੀਂ ਆਪਣੇ ਟਰਾਂਸਪੋਰਟਰ ਸਾਥੀਆਂ ਦੇ ਨਾਲ ਕੀਤਾ ਵਾਦਾ ਅੱਜ ਪੂਰਾ ਕਰ ਰਹੇ ਹਾਂ ਕਰੋਨਾ ਕਾਰਨ ਜਿਹੜੇ ਟਰਾਂਸਪੋਰਟਰ ਮੋਟਰ ਟੈਕਸ ਨਹੀਂ ਸੀ ਭਰ ਸਕੇ ਉਹ ਹੁਣ ਅਗਲੇ 3 ਮਹੀਨਿਆਂ ਤੱਕ ਬਿਨਾਂ ਜੁਰਮਾਨੇ ਜਾਂ ਏਰੀਅਰ ਬਕਾਇਆ ਟੈਕਸ ਭਰ ਸਕਣਗੇ ਟਰਾਂਸਪੋਰਟਰ ਸਾਡੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਨੇ ਅਸੀਂ ਹਰ ਲੋਡ ਦੇ ਵਿੱਚ ਉਹਨਾਂ ਦੇ ਨਾਲ ਖੜੇ ਹਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਦੱਸਦੀ ਹੈ ਕਿ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਫੈਸਲੇ ਲੈ ਰਹੀ ਹੈ ਪਰ ਜਿਸ ਢੰਗ ਦੇ ਨਾਲ ਟਰਾਂਸਪੋਰਟਰਾਂ ਨੂੰ ਉਮੀਦ ਸੀਗੀ ਕਿ ਸ਼ਾਇਦ ਟੈਕਸ ਦੇ ਵਿੱਚ ਕੋਈ ਰਾਹਤ ਮਿਲੇਗੀ ਅਜੇ ਆ ਨਹੀਂ ਹੋਇਆ ਹੈਗਾ ਟੈਕਸ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਹੈ ਨਾ ਟੈਕਸ ਮੁਆਫ ਕੀਤਾ ਗਿਆ ਹੈ ਨਾ ਟੈਕਸ ਘਟਾਇਆ ਗਿਆ ਹੈ ਸਿਰਫ ਇੰਨਾ ਕੀਤਾ ਗਿਆ ਹੈ ਕਿ ਅਗਲੇ 3 ਮਹੀਨਿਆਂ ਤੱਕ ਬਿਨਾਂ ਕਿਸੇ ਜੁਰਮਾਨੇ ਜਾਂ ਹੋਰ ਬਕਾਇਆ ਦੇ ਬਿਨਾਂ ਤੁਸੀਂ ਆਪਣਾ ਟੈਕਸ ਅਦਾ ਕਰ ਸਕਦੇ ਹੋ ਜਿਹੜਾ ਮੋਟਰ ਟੈਕਸ ਹੈ ਉਹ ਤੁਹਾਨੂੰ ਭਰਨਾ ਪੈਣਾ ਪਰ 3 ਮਹੀਨਿਆਂ ਦਾ ਸਮਾਂ ਜਿਹੜਾ ਇਹ ਉਹ ਹੋਰ ਦੇ ਦਿੱਤਾ ਗਿਆ ਹੈ 3 ਮਹੀਨਿਆਂ ਦੇ ਅੰਦਰ ਅੰਦਰ ਤੁਸੀਂ ਆਪਣਾ ਟੈਕਸ ਭਰ ਸਕਦੇ ਹੋ ਅਗਲੇ 3 ਮਹੀਨਿਆਂ ਦੇ ਵਿੱਚ ਬਿਨਾਂ ਕਿਸੇ ਜੁਰਮਾਨੇ ਜਾਂ ਏਰੀਅਰ ਬਕਾਇਆ ਤੋਂ ਤੁਸੀਂ ਆਪਣਾ ਟੈਕਸ ਭਰ ਸਕਦੇ ਹੋ